ਸਸ਼ਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਟਾਪਿਕ ਕਰਾਂਗੇ ਮੋਬਾਈਲ ਜਰਨਲਿਜ਼ਮ ਜਿਸ ਨੂੰ ਮੋਜੋ ਵੀ ਕਿਹਾ ਜਾਂਦਾ ਹੈ ਮੋਬਾਈਲ ਜਰਨਲਿਜ਼ਮ ਦੇ ਵਿੱਚ ਕੰਟੈਂਟ ਜਾਂ ਇਨਫੋਰਮੇਸ਼ਨ ਨੂੰ ਇਕੱਠਾ ਕਰਨ ਤੋਂ ਲੈ ਕੇ ਡਿਸਟ੍ਰੀਬਿਊਟ ਕਰਨ ਤੱਕ ਸਾਰੇ ਕੰਮ ਜੋ ਨੇ ਉਹ ਮੋਬਾਈਲ ਦੀ ਸਹਾਇਤਾ ਦੇ ਨਾਲ ਕੀਤੇ ਜਾਂਦੇ ਆ 스마트ਫੋਨ ਦੀ ਮਦਦ ਦੇ ਨਾਲ ਜਿਹੜਾ ਹੈ ਇਹਨਾਂ ਸਾਰੇ ਕੰਮਾਂ ਨੂੰ ਕੀਤਾ ਜਾਂਦਾ ਹੈ ਜੇਕਰ ਆਪਾਂ ਰੇਡੀਓ ਦੀ ਗੱਲ ਕਰੀਏ ਤਾਂ ਇਸ ਦੇ ਲਈ ਆਡੀਓ ਚਾਹੀਦੀ ਹੁੰਦੀ ਹੈ ਤੇ ਆਡੀਓ ਨੂੰ ਰਿਕਾਰਡ ਜਿਹੜਾ ਹੈ 스마트ਫੋਨ ਦੇ ਵਿੱਚ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਅਜਿਹੇ ਐਪਸ ਉਪਲਬਧ ਹੁੰਦੇ ਨੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਆਡੀਓ ਨੂੰ ਐਡਿਟ ਕਰਕੇ ਉਸ ਨੂੰ ਅੱਗੋਂ ਅਪਲੋਡ ਵੀ ਕੀਤਾ ਜਾ ਸਕਦਾ ਹੈ ਤੇ ਦੂਜਿਆਂ ਦੇ ਨਾਲ ਸਾਂਝਾ ਵੀ ਕੀਤਾ ਜਾ ਸਕਦਾ ਹੈ ਜੇਕਰ ਟੀਵੀ ਦੀ ਗੱਲ ਕਰੀਏ ਤਾਂ ਟੀਵੀ ਦੇ ਲਈ ਜਿਹੜੀਆਂ ਨੇ ਤਸਵੀਰਾਂ ਜਾਂ ਫਿਰ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ 스마트ਫੋਨ ਦੇ ਵਿੱਚ ਆਸਾਨੀ ਦੇ ਨਾਲ ਰਿਕਾਰਡ ਕੀਤਾ ਜਾ ਸਕਦਾ ਆ ਬਹੁਤ ਸਾਰੇ ਅਜਿਹੇ ਵੀਡੀਓ ਐਡੀਟਿੰਗ ਦੇ ਐਪਸ ਵੀ ਮੌਜੂਦ ਨੇ ਜਿਨ੍ਹਾਂ ਨੂੰ ਜਿਹੜਾ ਅਸੀਂ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਆ ਇੰਸਟਾਲ ਕਰ ਸਕਦੇ ਆ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਆਪਣੀ ਵੀਡੀਓ ਤੇ ਤਸਵੀਰਾਂ ਜੋ ਨੇ ਉਹਨਾਂ ਨੂੰ ਐਡਿਟ ਕਰਕੇ ਅਪਲੋਡ ਕਰ ਸਕਦੇ ਆ ਦੂਜਿਆਂ ਦੇ ਨਾਲ ਸ਼ੇਅਰ ਕਰ ਸਕਦੇ ਆ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਪਲੇਟਫਾਰਮਸ ਜਿਹੜੇ ਨੇ ਉਹਨਾਂ ਦੇ ਨਾਲੇ ਐਪ ਜੋ ਨੇ ਅਸੀਂ ਉਹਨਾਂ ਨੂੰ ਫੋਨ ਦੇ ਵਿੱਚ ਜਿਹੜਾ ਹੈ ਆਪ ਡਾਊਨਲੋਡ ਕਰ ਸਕਦੇ ਆ ਡਾਊਨਲੋਡ ਕਰਨ ਤੋਂ ਬਾਅਦ ਅਸੀਂ ਉਹਨਾਂ ਦੀ ਸਹਾਇਤਾ ਦੇ ਨਾਲ ਵੱਖ-ਵੱਖਰੀ ਤਰ੍ਹਾਂ ਦਾ ਕੰਟੈਂਟ ਜਿਹੜਾ ਆ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰ ਸਕਦੇ ਆ ਜੇਕਰ ਆਪਾਂ ਜੋ ਮੋਬਾਈਲ ਜਰਨਲਿਜ਼ਮ ਦੇ ਕੰਟੈਂਟ ਪਲੈਨਿੰਗ ਦੀ ਗੱਲ ਕਰੀਏ ਤਾਂ ਵੀਡੀਓਜ਼ ਜਿਹੜੀਆਂ ਨੇ ਇਹਨਾਂ ਨੂੰ smartphones ਦੀ ਸਹਾਇਤਾ ਦੇ ਨਾਲ ਵੱਖੋ-ਵੱਖਰੇ ਪਲੇਟਫਾਰਮਸ ਦੇ ਉੱਤੇ ਬੜੇ ਆਸਾਨੀ ਦੇ ਨਾਲ ਅਪਲੋਡ ਕੀਤਾ ਜਾ ਸਕਦਾ ਹੈ ਹੋਰਾਂ ਲੋਕਾਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਆ ਬਹੁਤ ਸਾਰੇ ਅਜਿਹੇ ਐਪਸ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੀਡੀਓਜ਼ ਬਣਾ ਸਕਦੇ ਹਾਂ ਆਪਣੇ smartphone ਦੇ ਵਿੱਚ ਵੱਖ-ਵੱਖਰੇ ਢੰਗਾਂ ਦੇ ਨਾਲ ਜਿਹੜੇ ਆ ਅਸੀਂ ਵੀਡੀਓਜ਼ ਬਣਾ ਸਕਦੇ ਹਾਂ ਆਪਣੇ smartphone ਦੇ ਵਿੱਚ ਅਗਲਾ ਪੁਆਇੰਟ ਹੈ ਫੋਟੋਸ ਬਹੁਤ ਸਾਰੇ ਅਜਿਹੇ ਐਪ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਵੱਖੋ-ਵੱਖਰੇ ਢੰਗਾਂ ਦੇ ਜਿਹੜੀਆਂ ਨੇ ਤਸਵੀਰਾਂ ਨੂੰ ਖਿੱਚਿਆ ਜਾ ਸਕਦਾ ਹੈ ਫਿਰ ਇਹਨਾਂ ਤਸਵੀਰਾਂ ਨੂੰ ਐਡਿਟ ਵੀ ਕੀਤਾ ਜਾ ਸਕਦਾ ਹੈ ਤੇ ਇਹਨਾਂ ਨੂੰ ਅੱਗੇ ਆਪਾਂ ਅਪਲੋਡ ਵੀ ਕਰ ਸਕਦੇ ਆ ਉਸ ਤੋਂ ਅੱਗੇ ਹੈ ਆਡੀਓ ਬਹੁਤ ਸਾਰੇ ਅਜਿਹੇ smartphones ਦੇ ਵਿੱਚ apps ਅਸੀਂ ਡਾਊਨਲੋਡ ਕਰ ਸਕਦੇ ਆ ਇੰਸਟਾਲ ਕਰ ਸਕਦੇ ਆ ਜਾਂ ਫਿਰ ਖੁਦ ਹੀ ਜਿਹੜਾ smartphone ਦੇ ਵਿੱਚ অপਸ਼ਨ ਹੁੰਦਾ ਹੈ ਆ ਰਿਕਾਰਡਿੰਗ ਦਾ ਜਿਹਦੇ ਵਿੱਚ ਅਸੀਂ ਆਡੀਓ ਰਿਕਾਰਡਿੰਗ ਕਰ ਸਕਦੇ ਆ ਤੇ ਉਸ ਨੂੰ ਜਿਹੜਾ ਹੈ ਐਡਿਟ ਕਰਕੇ ਅੱਗੇ ਅਪਲੋਡ ਕਰ ਸਕਦੇ ਆ ਅੱਗੇ ਆ ਗਿਆ ਟੈਕਸਟ ਜੇਕਰ ਟੈਕਸਟ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਤਰ੍ਹਾਂ ਦਾ ਟੈਕਸਟ ਜਿਹੜਾ ਆ ਵੱਖ-ਵੱਖਰੀ ਭਾਸ਼ਾਵਾਂ ਦੇ ਵਿੱਚ ਜਿਹੜਾ ਹੈ ਅਸੀਂ ਟੈਕਸਟ ਨੂੰ ਜਿਹੜਾ ਹੈ ਲਿਖ ਸਕਦੇ ਹਾਂ ਤੇ ਫਿਰ ਉਸ ਨੂੰ ਜਿਹੜਾ ਹੈ ਅੱਗੇ ਸਾਂਝਾ ਕਰ ਸਕਦੇ ਹਾਂ ਵੱਖ-ਵੱਖਰੇ ਪਲੇਟਫਾਰਮਸ ਦੇ ਵਿੱਚ 스마트ਫੋਨ ਦੇ ਵਿੱਚ ਸਾਨੂੰ ਇਹ ਸਹੂਲਤ ਮਿਲਦੀ ਹੈ ਅਸੀਂ ਕਈ ਭਾਸ਼ਾਵਾਂ ਦੇ ਵਿੱਚ ਜਿਹੜਾ ਹੈ ਲਿਖ ਸਕਦੇ ਹਾਂ ਆਪਣੇ ਕੰਟੈਂਟ ਨੂੰ ਜਿਹੜਾ ਹੈ ਟਾਈਪ ਕਰ ਸਕਦੇ ਹਾਂ ਉਸ ਤੋਂ ਅੱਗੇ ਹੈ ਈਮੇਲ ਇਲੈਕਟ੍ਰੋਨਿਕ ਮੇਲ ਅਸੀਂ ਜਿਹੜਾ ਹੈ ਆਪਣੇ smartphones ਦੀ ਸਹਾਇਤਾ ਦੇ ਨਾਲ ਵੱਖੋ ਵੱਖਰਾ ਕੰਟੈਂਟ ਜਿਹੜਾ ਹੈ ਉਸ ਨੂੰ ਈਮੇਲ ਕਰ ਸਕਦੇ ਹਾਂ ਉਹ ਤਸਵੀਰਾਂ ਵੀ ਹੋ ਸਕਦੀਆਂ ਨੇ ਉਹ ਵੀਡੀਓਜ਼ ਵੀ ਹੋ ਸਕਦੀਆਂ ਨੇ ਉਹ ਟੈਕਸਟ ਵੀ ਹੋ ਸਕਦਾ ਹੈ ਅਸੀਂ ਜਿਹੜਾ ਹੈ ਈਮੇਲ ਦੀ ਸਹਾਇਤਾ ਦੇ ਨਾਲ ਦੂਜੇ ਵਿਅਕਤੀਆਂ ਤੱਕ ਪਹੁੰਚਾ ਸਕਦੇ ਹਾਂ ਇੱਕ ਮੋਬਾਈਲ ਫੋਨ ਦੇ ਜ਼ਰੀਏ ਉਸ ਤੋਂ ਅੱਗੇ ਹੈ ਮੈਪ ਲੋਕੇਸ਼ਨ ਸਾਡੇ ਕੋਲ ਬਹੁਤ ਸਾਰੇ ਅਜਿਹੇ ਐਪ ਵੀ ਮੌਜੂਦ ਹੁੰਦੇ ਨੇ ਸਾਡੇ ਫੋਨ ਦੇ ਵਿੱਚ ਜਿਨ੍ਹਾਂ ਦੇ ਜਰੀਏ ਸਾਨੂੰ ਜਿਹੜਾ ਵੱਖ-ਵੱਖਰੀਆਂ ਲੋਕੇਸ਼ਨਸ ਦਾ ਪਤਾ ਲੱਗਦਾ ਹੈ ਮੈਪ ਲੋਕੇਸ਼ਨ ਦੇ ਨਾਲ ਅਸੀਂ ਵੱਖ-ਵੱਖਰੀਆਂ ਥਾਵਾਂ ਤੱਕ ਪਹੁੰਚ ਕਰ ਸਕਦੇ ਹਾਂ ਉੱਥੇ ਜਾ ਸਕਦੇ ਹਾਂ ਸਾਨੂੰ ਜਿਹੜਾ ਹੈ ਸਹੀ ਦਿਸ਼ਾ ਜਿਹੜਾ ਹੈ ਪ੍ਰਦਾਨ ਕਰਦੇ ਆ ਮੈਪ ਐਪ ਲੋਕੇਸ਼ਨ ਜਿੱਥੇ ਜੋ ਅਸੀਂ ਲੋਕੇਸ਼ਨ ਪੜਾਂਗੇ ਸਾਨੂੰ ਉੱਥੋਂ ਤੱਕ ਪਹੁੰਚਾਉਣ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੇ ਆ ਮੈਪ ਉਸ ਤੋਂ ਅਗਲੇ ਹੈ ਲਾਈਵ ਵੀਡੀਓਜ਼ ਸਾਾਨੂੰ ਜਿਹੜਾ ਹੈ smartphone ਦੇ ਜ਼ਰੀਏ ਅਸੀਂ ਲਾਈਵ ਸਟ੍ਰੀਮਿੰਗ ਵੀ ਕਰ ਸਕਦੇ ਹਾਂ ਸਾਡੇ mobile phones ਦੇ ਵਿੱਚ ਅਸੀਂ ਵੱਖ-ਵੱਖਰੇ social platforms ਨੂੰ ਜਿਹੜਾ ਆ ਉਹਨਾਂ ਨੂੰ ਡਾਊਨਲੋਡ ਕਰ ਸਕਦੇ ਹਾਂ ਇੰਸਟਾਲ ਕਰ ਸਕਦੇ ਹਾਂ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਫਿਰ ਅਸੀਂ ਲਾਈਵ ਵੀਡੀਓਜ਼ ਬਣਾ ਸਕਦੇ ਹਾਂ ਦੂਰ ਦਰਾਡੇ ਤੱਕ ਲੋਕਾਂ ਤੱਕ ਉਹਨਾਂ ਚੀਜ਼ਾਂ ਨੂੰ ਪਹੁੰਚਾ ਸਕਦੇ ਹਾਂ ਉਸ ਤੋਂ ਅਗਲੇ ਹੈ ਜਰਨਲਿਸਟ ਯੂਜ਼ smartphone ਜੇਕਰ ਜਰਨਲਿਸਟ ਦੀ ਗੱਲ ਕਰੀਏ ਤਾਂ smartphone ਦੀ ਵਰਤੋਂ ਜਿਹੜਿਆ ਬ੍ਰੇਕਿੰਗ ਨਿਊਜ਼ ਦੇ ਲਈ ਕਰਦੇ ਆ ਕੋਈ ਅਜਿਹੀ ਘਟਨਾ ਅਚਾਨਕ ਘਟ ਜਾਂਦੀ ਹੈ ਜੋ ਬ੍ਰੇਕਿੰਗ ਹੁੰਦੀ ਹੈ ਉਹਨਾਂ ਨੂੰ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਹੈ 스마트ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਬੜੇ ਆਸਾਨੀ ਦੇ ਨਾਲ ਜਿਹੜੀਆਂ ਨੇ ਬ੍ਰੇਕਿੰਗ ਨਿਊਜ਼ ਜਿਹੜੀਆਂ ਨੇ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਨੇ ਕਿਉਂਕਿ ਮੋਬਾਈਲ ਫੋਨ ਦੇ ਵਿੱਚ ਜਿਹੜਾ ਕਿਸੇ ਵੀ ਚੀਜ਼ ਨੂੰ ਰਿਕਾਰਡ ਕਰਨਾ ਜਾਂ ਅਪਲੋਡ ਕਰਨਾ ਬਹੁਤ ਆਸਾਨ ਹੁੰਦਾ ਹੈ ਇਸ ਦੇ ਲਈ ਜਿਹੜਾ ਬ੍ਰੇਕਿੰਗ ਨਿਊਜ਼ ਜਿਹੜੀਆਂ ਨੇ ਤੇਜ਼ੀ ਦੇ ਨਾਲ ਤੇ ਆਸਾਨੀ ਦੇ ਨਾਲ ਜਿਹੜਾ 스마트ਫੋਨ ਦੀ ਸਹਾਇਤਾ ਦੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਨੇ ਉਸ ਤੋਂ ਅਗਲਾ ਪੁਆਇੰਟ ਹੈ ਗਵਰਨਮੈਂਟ ਜਿਹੜੇ ਸਰਕਾਰ ਦੇ ਨਾਲ ਜੁੜੇ ਹੋਏ ਕੰਮ ਨੇ ਉਹਨਾਂ ਬਾਬਤ ਲੋਕਾਂ ਨੂੰ ਦੱਸਣ ਦੇ ਲਈ ਵਾਧ ਤੋਂ ਵਾਧ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਜਿਹੜਾ ਹੈ 스마트ਫੋਨ ਦੀ ਸਹਾਇਤਾ ਲਈ ਜਾਂਦੀ ਹੈ 스마트ਫੋਨ ਦੇ ਉੱਤੇ ਜਿਹੜਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਐਡਿਟ ਕੀਤਾ ਜਾਂਦਾ ਹੈ ਉਹਨਾਂ ਦੀ ਐਡੀਟਿੰਗ ਕਰਕੇ ਉਹਨਾਂ ਨੂੰ ਜਿਹੜਾ ਹੈ ਅਪਲੋਡ ਕਰ ਦਿੱਤਾ ਜਾਂਦਾ ਹੈ ਤੇ ਲੋਕ ਜਿਹੜੇ ਆ ਵੱਖ-ਵੱਖਰੇ ਪਲੇਟਫਾਰਮਸ ਦੇ ਉੱਤੇ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਆਸਾਨੀ ਦੇ ਨਾਲ ਵੇਖ ਸਕਦੇ ਆ ਉਸ ਤੋਂ ਅਗਲਾ ਪੁਆਇੰਟ ਹੈ ਪ੍ਰੋਟੈਸਟ ਜੇਕਰ ਪ੍ਰੋਟੈਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਦੋਂ ਅਸੀਂ ਕੈਮਰਿਆਂ ਨੂੰ ਆਪਣੇ ਅਨਸੈਟ ਕਰਾਂਗੇ ਜਾਂ ਬਾਕੀ ਚੀਜ਼ਾਂ ਨੂੰ ਸੈ ਸਮਾ ਲੱਗ ਜਾਂਦਾ ਆ ਸੋ ਮੋਬਾਈਲ ਦੇ ਵਿੱਚ ਪ੍ਰੋਟੈਸਟ ਸੰਬੰਧੀ ਜਾਣਕਾਰੀ ਨੂੰ ਇਕੱਤਰ ਕਰਨਾ ਉਹਦੀ ਇਨਫੋਰਮੇਸ਼ਨ ਨੂੰ ਲੈਣਾ ਸੋ ਖਾਲਾ ਹੋ ਜਾਂਦਾ ਆ ਸੋ ਜਰਨਲਿਸਟ ਜਿਹੜੇ ਆ 스마트ਫੋਨ ਦੀ ਸਹਾਇਤਾ ਦੇ ਨਾਲ ਪ੍ਰੋਟੈਸਟ ਦੀ ਕਵਰੇਜ ਜਿਹੜੀ ਆ ਬੜੇ ਆਸਾਨੀ ਦੇ ਨਾਲ ਕਰ ਲੈਂਦੇ ਆ ਮੋਸਤੋ ਅਗਲਾ ਪੁਆਇੰਟ ਹੈ სპੋਰਟਿੰਗ ਇਵੈਂਟਸ ਜੈਨਕੀ ਸਪੋਰਟਸ ਦੇ ਇਵੈਂਟਸ ਨੂੰ ਜਿਹੜਾ ਹੈ 스마트ਫੋਨ ਦੇ ਨਾਲ ਉਹਨਾਂ ਦੀ ਕਵਰੇਜ ਕੀਤੀ ਜਾ ਸਕਦੀ ਹੈ ਉੱਥੋਂ ਇਨਫੋਰਮੇਸ਼ਨ ਜਿਹੜੀ ਹੈ ਇਕੱਤਰ ਕੀਤੀ ਜਾ ਸਕਦੀ ਹੈ ਕਿਹੜਾ ਟੂਰਨਾਮੈਂਟ ਹੋ ਰਿਹਾ ਹੈ ਇਸ ਟੂਰਨਾਮੈਂਟ ਦੇ ਵਿੱਚ ਕਿਹੜੇ-ਕਿਹੜੇ ਖਿਡਾਰੀ ਆ ਰਹੇ ਹੈਗੇ ਆ ਇਸ ਟੂਰਨਾਮੈਂਟ ਜਿਹੜਾ ਇਹ ਆ ਲੀਗ ਟੂਰਨਾਮੈਂਟ ਹੈ ਨੌਕਆਊਟ ਟੂਰਨਾਮੈਂਟ ਹੈ ਇਸ ਟੂਰਨਾਮੈਂਟ ਦੇ ਵਿੱਚ ਕਿਹੜੇ-ਕਿਹੜੇ ਮੁਕਾਬਲੇ ਕਰਵਾਏ ਜਾਣਗੇ ਇੰਨਾ ਸਾਰਿਆਂ ਦੀ ਜਾਣਕਾਰੀ ਜਿਹੜੀ ਹੈ 스마트ਫੋਨ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਨਿਆ ਕੋਈ ਵੀ ਜਰਨਲਿਸਟ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਸਕਦਾ ਆ ਉਸ ਤੋਂ ਅਗਲਾ ਹੈ ਰੈਡ ਕਾਰਪਟ ਰੈਡ ਕਾਰਪਟ ਦੇ ਨਾਲ ਜੁੜੀਆਂ ਹੋਈਆਂ ਜੋ ਵੀ ਖਬਰਾਂ ਹੈਗੀਆਂ ਨੇ ਉਹਨਾਂ ਨੂੰ ਜਿਹੜਾ 스마트ਫੋਨ ਦੀ ਸਹਾਇਤਾ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਆ ਵੱਖੋ-ਵੱਖਰੇ ਜਿਹੜੇ ਅਵਾਰਡਸ ਹੁੰਦੇ ਆ ਜਾਂ ਵੱਖੋ-ਵੱਖਰੇ ਜਿਹੜੇ ਫੈਸ਼ਨ ਵੀਕਸ ਹੁੰਦੇ ਆ ਉਹਨਾਂ ਸੰਬੰਧੀ ਜੋ ਜਾਣਕਾਰੀ ਹੈ ਉਹ ਵੀ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ 스마트ਫੋਨ ਦੀ ਸਹਾਇਤਾ ਦੇ ਨਾਲ ਇਸ ਤੋਂ ਅਗਲਾ ਪੁਆਇੰਟ ਹੈ ਲਾਈਵ ਸਟ੍ਰੀਮਿੰਗ ਜਿਵੇਂ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਲਾਈਵ ਸਟ੍ਰੀਮਿੰਗ ਕਰ ਸਕਦੇ ਹਾਂ ਅਸੀਂ ਜਿਹੜਾ ਹੈ ਫੇਸਬੁੱਕ ਦਾ ਐਪ ਡਾਊਨਲੋਡ ਕਰ ਸਕਦੇ ਹਾਂ ਅਸੀਂ ਜਿਹੜਾ ਹੈ YouTube ਨੂੰ ਡਾਊਨਲੋਡ ਕਰ ਸਕਦੇ ਹਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਲਾਈਵ ਸਟ੍ਰੀਮਿੰਗ ਕਰ ਸਕਦੇ ਹਾਂ ਅਸੀਂ ਲਾਈਵ ਜਿਹੜਾ ਹੈ ਲੋਕਾਂ ਨੂੰ ਉਹ ਜਾਣਕਾਰੀ ਪਹੁੰਚਾ ਸਕਦੇ ਹਾਂ ਅਸੀਂ ਉਸ ਜਗ੍ਹਾ ਤੇ ਖੜੇ ਹੁੰਨੇ ਆਂ ਅਸੀਂ ਉੱਥੋਂ ਲਾਈਵ ਕਰਕੇ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਲੋਕਾਂ ਨੂੰ ਦੇ ਸਕਦਾ ਉਸ ਘਟਨਾ ਬਾਰੇ ਜਿੱਥੇ ਉਹ ਘਟਨਾ ਹੋ ਰਹੀ ਹੈ ਉਹਦੇ ਖੜ ਕੇ ਅਸੀਂ ਜਿਹੜੀ ਹੈ ਲਾਈਵ ਸਟ੍ਰੀਮਿੰਗ ਕਰ ਸਕਦਾ ਲੋਕਾਂ ਤੱਕ ਉਹ ਜਾਣਕਾਰੀ ਸਿੱਧੇ ਤਰੀਕੇ ਨਾਲ ਪਹੁੰਚਾ ਸਕਦੇ ਆ ਉਸ ਤੋਂ ਅਗਲਾ ਪੁਆਇੰਟ ਹੈ ਲੋਕਲ ਬਿਜ਼ਨਸ ਜੈਨਕਿ ਅਸੀਂ ਲੋਕਲ ਬਿਜ਼ਨਸ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਜੈਨਕਿ ਸਾਡੇ ਸਥਾਨਕ ਕਾਰੋਬਾਰਾਂ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਵੀ ਜਿਹੜੀਆਂ ਨੇ smartphones ਦੀ ਸਹਾਇਤਾ ਦੇ ਨਾਲ ਜਿਹੜੇ ਹੈ ਜਰਨਲਿਸਟ ਲੋਕਾਂ ਤੱਕ ਪਹੁੰਚਾ ਸਕਦੇ ਆ ਜੇਕਰ ਅਸੀਂ ਮੋਬਾਈਲ ਜਰਨਲਿਜ਼ਮ ਦੀ ਗੱਲ ਕਰੀਏ ਤਾਂ ਇਸ ਦਾ ਸਕੋਪ ਹੈ ਜੋ ਇਸ ਦਾ ਖੇਤਰ ਹੈ ਉਹ ਕਾਫੀ ਜ਼ਿਆਦਾ ਵਿਸ਼ਾਲ ਹੈ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਜ਼ਿਆਦਾਤਰ ਜੋ ਜਰਨਲਿਸਟ ਹੈਗੇ ਆ ਉਹ ਜਿਹੜੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਆ ਕਵਰੇਜ ਕਰਨ ਦੇ ਲਈ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਖੇਤੀਬਾੜੀ ਦੇ ਵਿੱਚ ਜਿਹੜੀ ਹੈ ਕਵਰੇਜ ਕਰਨ ਦੇ ਲਈ ਐਗਰੀਕਲਚਰ ਲਈ ਜਿਹੜੀ ਕਵਰੇਜ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਐਜੂਕੇਸ਼ਨ ਦੇ ਲਈ ਜਿਹੜੀ ਹੈ ਉਹਦੀ ਬਾਰੇ ਜਾਣਕਾਰੀ ਦੇਣ ਲਈ ਜੋ ਹੈ ਮੋਬਾਈਲ ਫੋਨ ਦੀ ਸਹਾਇਤਾ ਲਈ ਜਾ ਸਕਦੀ ਹੈ ਐਸੀ ਹੀ ਤਰ੍ਹਾਂ ਜੇਕਰ ਬਿਜ਼ਨਸ ਦੀ ਗੱਲ ਕਰੀਏ ਉਸ ਦੇ ਲਈ ਜਿਹੜੀ ਹੈ ਵਰਤੋਂ ਕੀਤੀ ਜਾ ਸਕਦੀ ਹੈ ਵਿਦੇਸ਼ੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਜੋ ਹੈ ਉਹ ਵੀ ਜਿਹੜਾ ਹੈ 스마트ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਲਈ ਜਿਹੜਾ ਆਪਾਂ ਗੱਲ ਕਰੀਏ ਤਾਂ ਮੋਬਾਈਲ ਜਰਨਲਿਜ਼ਮ ਦਾ ਸਕੋਪ ਐਸ ਦਾ ਖੇਤਰ ਹੈ ਉਹ ਕਾਫੀ ਜ਼ਿਆਦਾ ਵਿਸ਼ਾਲ ਹੈ ਤੇ ਵੱਖ-ਵੱਖਰੇ ਖੇਤਰਾਂ ਦੇ ਵਿੱਚ ਜਿਹੜੀ ਹੈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ